ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੇ ਕਿ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕਰਦੇ ਆ ਕਿ ਜੇ ਸੰਸਾਰ ਦੇ ਵਿੱਚ ਨਾਮ ਚੰਗਾ ਰਖਵਾ ਲਿਆ, ਕੀਰਤੀ ਵੀ ਹੋ ਗਈ, ਵਡਿਆਈ ਵੀ ਹੋ ਗਈ, ਪਰ ਜੇ ਉਸ ਮਾਲਕ ਦੀ ਨਦਰ ਦਾ ਪਾਤਰ ਨਾ ਬਣਿਓ, ਤੇਰੀ ਉਮਰ ਵੀ ਲੰਮੇਰੀ ਹੋ ਜਾਏ, ਤੈਨੂੰ ਲੋਕ ਜਾਣਦੇ ਵੀ ਬੜੇ ਹੋਣ, ਤੇਰੀ ਜੈ ਜੈਕਾਰ ਵੀ ਬੜੀ ਹੋਵੇ, ਲੇਕਿਨ ਜੇ ਉਸ ਮਾਲਕ ਦੀ ਨਦਰ ਦਾ ਪਾਤਰ ਨਾ ਬਣਿਓ ਤਾਂ ਸਾਹਿਬ ਕਹਿੰਦੇ ਤਾਂ ਬਾਤ ਨਾ ਪੁੱਛੇ ਕਿ, ਕਿਉਂਕਿ ਅੱਗੇ ਇੱਥੋਂ ਦੀ ਵਾਹਵਾ ਵਾਹਵਾ ਦੇ ਨਾਲ ਬਾਤ ਨਹੀਂ ਬਣਨੀ। ਵੀ ਇੱਥੇ ਕਈ ਵਾਰੀ ਅਸੀਂ ਸੁਣਦੇ ਹਾਂ ਕਿ ਕਿਸੇ ਮਨੁੱਖ ਦੀ ਜੀ ਇੱਥੇ ਬੜੀ ਪਹਿਚਾਣ ਸੀ, ਐਸਾ ਕੁਝ ਸੀ, ਪਰ ਸਾਹਿਬ ਕਹਿੰਦੇ ਉਸ ਮਾਲਕ ਦੇ ਘਰ ਦੇ ਵਿੱਚ ਇੱਥੇ ਤੂੰ ਕਿੰਨੇ ਲੋਕ ਤੇਰੇ ਮਗਰ ਤੁਰਦੇ ਸਨ, ਕਿੰਨੇ ਤੈਨੂੰ ਜਿੰਦਾਬਾਦ ਕਰਦੇ, ਤੇਰੀ ਜੈ ਜੈਕਾਰ ਕਰਦੇ, ਇਹਨਾਂ ਗੱਲਾਂ ਦੀ ਕੋਈ ਪਾਇਆ ਨਹੀਂ ਹੈ। ਉੱਥੇ ਤਾਂ ਤੇਰੇ ਅਮਲ 'ਤੇ ਆ ਕੇ ਗੱਲ ਨਿਬੜਨੀ ਹੈ ਕਿ ਤੂੰ ਜੀਵਨ ਕਿਸ ਤਰ੍ਹਾਂ ਦਾ ਜੀਵਿਆ, ਕਰਮ ਕਿਹੋ ਜਿਹੇ ਕੀਤੇ ਨੇ। ਜੇ ਤੇਰੇ ਕਰਮ ਭਲੇ ਨੇ ਤਾਂ ਉਸ ਮਾਲਕ ਦੇ ਦਰ 'ਤੇ ਤੂੰ ਕਬੂਲ ਪਿਆ ਹੈ, ਫਿਰ ਤਾਂ ਸਾਹਿਬ ਦੇ ਦਰ 'ਤੇ ਪ੍ਰਵਾਨ ਹੈ, ਨਹੀਂ ਤਾਂ ਕਹਿੰਦੇ ਬਾਤ ਨਾ ਪੁੱਛੇ ਕਿ। ਅਤੇ ਇੱਥੋਂ ਤੱਕ ਹੀ ਨਹੀਂ ਆਖਿਆ, ਕਹਿੰਦੇ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਕਹਿੰਦੇ ਅਕਾਲ ਪੁਰਖ ਉਸ ਨੂੰ ਦੋਸ਼ੀ ਥਾਪ ਕੇ ਉਸ ਉੱਤੇ ਨਾਮ ਨੂੰ ਭੁੱਲਣ ਦਾ ਜਿਹੜਾ ਦੋਸ਼ ਲੱਗਦਾ ਕਿ ਤੈਨੂੰ ਭੇਜਿਆ ਸੀ ਮਾਲਕ ਦੀ ਇਬਾਦਤ ਕਰਨ ਵਾਸਤੇ, ਬੰਦਗੀ ਕਰਨ ਵਾਸਤੇ, ਆਰਾਧਨਾ ਕਰਨ ਵਾਸਤੇ, ਪਰ ਕਹਿੰਦੇ ਤੂੰ ਉਹਦੀ ਆਰਾਧਨਾ ਨੂੰ ਭੁਲਾ ਕੇ ਤੂੰ ਹੋਰ ਕਰਮਾਂ ਵਿੱਚ ਹੀ ਪਿਆ ਰਿਹਾ। ਫਿਰ ਮਹਾਰਾਜ ਕਹਿੰਦੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ। ਕਹਿੰਦੇ ਉਹ ਮਾਲਕ ਨਿਰਗੁਣ ਆਰਿਆਂ ਨੂੰ, ਨਿਰਗੁਣ ਸ਼ਬਦ ਜਿਹੜਾ ਦੋ ਅਰਥਾਂ ਵਿੱਚ ਆਏਗਾ, ਇੱਕ ਨਿਰਗੁਣ ਦਾ ਅਰਥ ਹੈ ਜੋ ਪਰਮੇਸ਼ਰ ਜੀ ਦਾ ਕੋਈ ਚੇਨ ਚੱਕਰ ਨਹੀਂ, ਸਰੀਰ ਨਹੀਂ, ਇੱਕ ਨਿਰਗੁਣ ਦਾ ਅਰਥ ਹੈ ਜਿਹੜਾ ਗੁਣਾਂ ਤੋਂ ਹੀਣਾ ਹੈ। ਇੱਥੇ ਨਿਰਗੁਣ ਦਾ ਭਾਵ ਹੈ ਜਿਹਦੇ ਕੋਲ ਗੁਣ ਕੋਈ ਨਹੀਂ। ਨਾਨਕ ਨਿਰਗੁਣ ਗੁਣ ਕਰੇ, ਕਹਿੰਦੇ ਉਹ ਜਿਨ੍ਹਾਂ ਵਿੱਚ ਕੋਈ ਗੁਣ ਨਹੀਂ ਉਹਨਾਂ ਨੂੰ ਵੀ ਗੁਣ ਦਿੰਦਾ ਹੈ, ਅਤੇ ਜਿਹੜੇ ਗੁਣਵੰਤੇ ਨੇ ਪਹਿਲਾਂ ਹੀ, ਗੁਣਾਂ ਜਿਨ੍ਹਾਂ ਵਿੱਚ ਬੜੇ ਗੁਣ ਨੇ ਪਹਿਲੇ ਵੀ ਉਹਨੇ ਬਖਸ਼ੇ ਨੇ, ਉਹਨਾਂ ਨੂੰ ਹੋਰ ਗੁਣਾਂ ਦੀ ਦਾਤ ਦੇਣ ਵਾਲਾ। ਤਾਂ ਕਰਕੇ ਜਦੋਂ ਵੀ ਰੱਬ ਦੇ ਪਿਆਰੇ ਉਹਨਾਂ ਦੇ ਕਿਸੇ ਗੁਣ ਦੀ ਬਾਤ ਹੋਈ, ਉਹਨਾਂ ਦੀ ਸ਼ੋਭਾ ਹੋਈ, ਤਾਂ ਕਹਿੰਦੇ ਉਹਨਾਂ ਨੇ ਆਖਿਆ ਸਭ ਗੁਣ ਤੇਰੇ ਹੀ ਨੇ ਮਾਲਕ, ਸਭ ਗੁਣ ਤੇਰੇ, ਮੈਂ ਨਾ ਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਉਹਨਾਂ ਆਖਿਆ ਸਭ ਗੁਣ ਤੇਰੇ ਹੀ ਨੇ, ਮੇਰਾ ਕੁਝ ਕੋਈ ਵੀ ਗੁਣ ਨਹੀਂ ਹੈ। ਜਦੋਂ ਉਹਨਾਂ ਦੇ ਗੁਣਾਂ ਕਰਕੇ ਉਹਨਾਂ ਨੂੰ ਕੋਈ ਵਡਿਆਈ ਮਿਲੀ, ਸ਼ੋਭਾ ਮਿਲੀ, ਉਹਨਾਂ ਨੇ ਉਦੋਂ ਵੀ ਹੱਥ ਜੋੜ ਕੇ ਆਖ ਦਿੱਤਾ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਂ ਨਾ ਜਾਣੇ ਮੇਰਾ। ਕਹਿੰਦੇ ਮੇਰਾ ਕੋਈ ਨਾਮ ਨਹੀਂ ਜਾਣਦਾ, ਸਭ ਤੇਰੀ ਵਡਿਆਈ ਹੈ, ਤੇਰੀ ਸ਼ੋਭਾ ਹੈ। ਕਹਿੰਦੇ ਉਹ ਨਿਰਗੁਣ ਆਰਿਆਂ ਨੂੰ ਵੀ ਗੁਣ ਬਖਸ਼ਦਾ ਹੈ ਅਤੇ ਗੁਣਵੰਤਿਆਂ ਨੂੰ ਵੀ ਗੁਣਾਂ ਦੀਆਂ ਦਾਤਾਂ ਦੇਣ ਵਾਲਾ ਹੈ। ਜਿਹੜੇ ਪਹਿਲਾਂ ਹੀ ਗੁਣਵਾਨ ਨੇ ਉਹਨਾਂ ਨੂੰ ਵੀ ਗੁਣ, ਔਰ ਜਿੰਨੇ ਵੀ ਗੁਣ ਸਾਹਿਬ ਕਹਿੰਦੇ ਤੂੰ ਵੇਖਦਾ ਹੈ ਸੰਸਾਰ ਦੇ ਵਿੱਚ, ਉਹਨਾਂ ਮਨੁੱਖਾਂ ਨੇ ਕਿਸੇ ਨੂੰ ਕਹਿੰਦਾ ਇਹਦੀ ਬੁੱਧੀ ਬੜੀ ਕੰਮ ਕਰਦੀ ਹੈ, ਇਸ ਬੰਦੇ ਦੇ ਸੋਚਣ ਦਾ ਤਰੀਕਾ ਬੜਾ ਵਧੀਆ ਹੈ, ਇਹ ਮਕੈਨਿਕ ਬੜਾ ਅੱਛਾ ਹੈ, ਇਹ ਆਹ ਕੰਮ ਬੜਾ ਵਧੀਆ ਕਰਦਾ ਹੈ, ਇਹ ਆਹ ਕਰਦਾ ਹੈ। ਕਹਿੰਦੇ ਜਿਤਨੇ ਵੀ ਗੁਣ ਨੇ ਇਹ ਉਸ ਅਕਾਲ ਪੁਰਖ ਦੇ ਪਰਮੇਸ਼ਰ ਦੇ ਬਖਸ਼ੇ ਨੇ, ਉਸ ਪਰਮਾਤਮਾ ਦੇ ਬਖਸ਼ੇ ਨੇ। ਜਿੱਥੇ ਉਹ ਨਿਰਗੁਣ ਆਰਿਆਂ ਨੂੰ ਗੁਣ ਦਿੰਦਾ, ਉੱਥੇ ਗੁਣਵੰਤਿਆਂ ਨੂੰ ਵੀ ਗੁਣ ਬਖਸ਼ਦਾ ਹੈ। ਅਗਲਾ ਬਚਨ ਕਹਿੰਦੇ ਤੇਹਾ ਕੋਏ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ। ਹੁਣ ਸੰਸਾਰ ਵਿੱਚ ਆਪਾਂ ਵੇਖਦੇ ਹਾਂ ਵੀ ਕੋਈ ਬੰਦਾ ਕੁਝ ਸਾਨੂੰ ਸਿਖਾਉਂਦਾ ਅਤੇ ਕਈ ਵਾਰੀ ਕੁਝ ਅਸੀਂ ਉਹਨੂੰ ਸਿਖਾ ਦਿੰਦੇ। ਘਰ ਵਿੱਚ ਹੀ ਬਹੁਤ ਕੁਝ ਹੈ ਜੋ ਆਪਾਂ ਬੱਚਿਆਂ ਨੂੰ ਸਿਖਾਉਂਦੇ ਹਾਂ, ਪਰ ਕਈ ਮਰਤਬਾ ਬਹੁਤ ਕੁਝ ਐਸਾ ਜੋ ਬੱਚੇ ਸਾਨੂੰ ਸਿਖਾ ਦਿੰਦੇ। ਉਹ ਵੀ ਅਸੀਂ ਇੱਕ ਦੂਸਰੇ ਤੋਂ ਗੁਣਾਂ ਦਾ ਆਦਾਨ ਪ੍ਰਦਾਨ ਕਰਦੇ ਹਾਂ, ਕਿਸੇ ਨੂੰ ਸਿਖਾਉਂਦੇ ਹਾਂ, ਕਿਸੇ ਤੋਂ ਸਿੱਖਦੇ ਹਾਂ, ਇਹ ਲੈਣ ਦੇਣ ਚੱਲਦਾ ਇਸ ਤਰੀਕੇ ਨਾਲ। ਪਰ ਕਹਿੰਦੇ ਉਹ ਅਕਾਲ ਪੁਰਖ ਜਿਹੜਾ ਸਭਨਾਂ ਨੂੰ ਗੁਣਾਂ ਦੀਆਂ ਦਾਤਾਂ ਦਿੰਦਾ ਹੈ, ਸਭਨਾਂ ਨੂੰ ਗੁਣ ਬਖਸ਼ਣ ਵਾਲਾ ਨਿਰਗੁਣਿਆਂ ਨੂੰ ਵੀ ਅਤੇ ਗੁਣਵੰਤਿਆਂ ਨੂੰ ਵੀ, ਲੇਕਿਨ ਇਹੋ ਜਿਹਾ ਕੋਈ ਨਹੀਂ ਜਿਹੜਾ ਆਖੇ ਵੀ ਮੈਂ ਰੱਬ ਨੂੰ ਇਹ ਗੁਣ ਦਿੱਤਾ ਹੈ, ਕਿਉਂਕਿ ਦਿੱਤਾ ਉਸ ਨੂੰ ਜਾਂਦਾ ਹੈ ਜਿਹੜਾ ਅਧੂਰਾ ਹੋਵੇ, ਜਿਹਦੇ ਵਿੱਚ ਕਿਤੇ ਨਾ ਕਿਤੇ ਕੋਈ ਕਮੀ ਹੈ, ਉਹਨੂੰ ਕੁਝ ਦਿੱਤਾ ਜਾ ਸਕਦਾ ਵੀ ਹਾਂ ਇਸ ਚੀਜ਼ ਨੂੰ। ਇੱਥੇ ਕੋਈ ਵੀ ਸਾਡੇ ਸਾਹਮਣੇ ਕੋਈ ਚੀਜ਼ ਆਉਂਦੀ ਹੈ ਤਾਂ ਅਸੀਂ ਕਈ ਵਾਰੀ ਕਹਿੰਦੇ ਹਾਂ ਵੀ ਇਹਦੇ ਵਿੱਚ ਆ ਕੁਰੈਕਸ਼ਨ ਕੀਤੀ ਜਾ ਸਕਦੀ ਹੈ,
ਇਹਦੇ ਵਿੱਚ ਆ ਸੁਧਾਰਿਆ ਜਾ ਸਕਦਾ, ਇਹਦੇ ਵਿੱਚ ਇਸ ਤਰ੍ਹਾਂ ਹੋ ਸਕਦਾ, ਇਹਦਾ ਮਤਲਬ ਹੈ ਵੀ ਇਹਦੇ ਵਿੱਚ ਕੋਈ ਨਾ ਕੋਈ ਕਮੀ ਜਾਂ ਉਹਨੂੰ ਇਸ ਤਰ੍ਹਾਂ ਸੋਹਣਾ ਬਣਾਇਆ ਜਾ ਸਕਦਾ। ਸਾਹਿਬ ਕਹਿੰਦੇ ਲੇਕਿਨ ਉਹ ਅਕਾਲ ਪੁਰਖ ਵਾਹਿਗੁਰੂ ਉਹਨੂੰ ਕੋਈ ਇਹ ਨਹੀਂ ਕਹਿ ਸਕਦਾ ਵੀ ਮੈਂ ਰੱਬ ਨੂੰ ਇਹ ਗੁਣ ਦੇ ਦਿਆਂ। ਤਿਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ, ਜਿਹੜਾ ਉਹਨੂੰ ਕੋਈ ਗੁਣ ਦੇ ਸਕਦਾ ਹੋਵੇ, ਉਸ ਮਾਲਕ ਨੂੰ ਗੁਣ ਦੇਣ ਵਾਲਾ ਹੋਵੇ। ਕਹਿੰਦੇ ਨਹੀਂ, ਕਿਉਂਕਿ ਉਹ ਤਾਂ ਆਪ ਪੂਰਾ ਹੈ, ਪੂਰਾ ਪ੍ਰਭ ਅਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਕਈ ਵਾਰੀ ਅਸੀਂ ਕਹਿੰਦੇ ਹਾਂ ਰੱਬ ਨੂੰ ਐਂ ਨਹੀਂ ਹੈ, ਅਸੀਂ ਕਰਨ ਦਾ ਯਤਨ ਕਰਦੇ ਹਾਂ, ਪਰ ਸਾਹਿਬ ਕਹਿੰਦੇ ਉਹਨੂੰ ਗੁਣਾਂ ਦੀ ਲੋੜ ਨਹੀਂ, ਉਹ ਸਾਰਿਆਂ ਨੂੰ ਬਖਸ਼ਣ ਵਾਲਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।